मुड़ तो कथित पोस्ट मैट्रिक स्कॉलरशिप घोटाले का मामला चर्चावां दे विच है क्योंकि मुख्यमंत्री भगवंत सिंह मान ने इस दौरान कहा कि साधु सिंह धर्मसोत नूं भी जेल भेजांगे। धर्मसोत ने साधु सिंह धर्मसोत ने भी इसके जवाब दिता। जी पंजाब हरियाणा हिमाचल से उन्होंने गलबात करदे सीएम नूं जवाब दिता कि पहला भी क्लीन चिट मिली, मुड़ जांच होएगी तां भी क्लीन चिट ही मिलेगी। तो स्कॉलरशिप घोटाला मामले में लैके लगातार साधु सिंह धर्मसोत होरां दा नाम सुर्खियां दे विच रहा। हालांकि कांग्रेस की सरकार वेले उन्हां नूं क्लीन चिट मिली सी, जबकि हुण भगवंत सिंह मान ने अज ताज़ा चर्चावां छेड़ दित्तियां। एक प्रेस कॉन्फ्रेंस दौरान यह कहिंदिया होया कि साधु सिंह धर्मसोत नूं जेल भेजांगे, जिस तों बाद साधु सिंह धर्मसोत होरां ने भी इसे जवाब दिता। साधु सिंह धर्मसोत होर हाई कोर्ट या सैशन कोर्ट च ये अर्जी पाते देखोगे कि जी मैं VIP सैल दिता जाए, मैं नॉर्मल च क्यों करता। साधु सिंह बसम वर्मा बोल रहा जी पंजाब हरियाणा हिमाचल तो एक सवाल चुके जा रहे हैं थोड़े से। मुख्यमंत्री पंजाब भगवंत सिंह मान वो ये कह रहे हैं कि पोस्ट मैट्रिक स्कॉलरशिप का जो स्कैम सीगा उस दे विच हुण जिहड़ी अगली बारी है वो साधु सिंह धर्मसोत दी होएगी, वो जेल जाणगे, तुसीं की कहना चाहोगे इस ते? देखो मारियो मुख्यमंत्री जी नूं पूरे अधिकार ने, पहला चीफ मिनिस्टर ने, दो चीफ मिनिस्टर ने इनक्वायरी कीती है क्लीन चिट, ठीक है। ये भी अगर जे देखो मैं जे दोषी पाया जांदा तां मैनूं कोई फर्क नहीं, मैं ते कार्रवाई कर लैणा। बिलकुल, पर जे पहला तुहानूं लगदा क्लीन चिट दित्ती गई है जिहड़ी आम आदमी पार्टी है वो कह रही है कि अपनी सरकार सीगी इस करके क्लीन चिट दे दित्ती गई, ਅਸੀਂ ਹੁਣ ਜਿਹੜੇ ਉਹ ਨਿਰਪੱਖ ਤਰੀਕੇ ਨਾਲ ਜਿਹੜੇ ਉਹ ਇਨਵੈਸਟੀਗੇਸ਼ਨ ਕਰਾਵਾਂਗੇ। ਹਾਂ ਕਰਵਾ ਦੇ, ਇਨਵੈਸਟੀਗੇਸ਼ਨ ਕਰਾ ਲੈਣ, ਉਹਨਾਂ ਨੂੰ ਹੱਕ ਹੈ ਪੂਰਾ ਕਰਾ ਲੈਣ। ਤੁਸੀਂ ਤੁਹਾਨੂੰ ਲੱਗਦਾ ਕਿ ਜਿਹੜੀ ਇਨਵੈਸਟੀਗੇਸ਼ਨ ਹੁਣ ਹੋਏਗੀ ਉਹ ਫੇਰ ਹੋਏਗੀ ਕਿਤੇ ਨਾ ਕਿਤੇ? ਸਰਕਾਰਾਂ ਦਾ ਹੱਕ ਹੀ ਬਣਦਾ ਫੇਰ ਹੁੰਦੀ ਹੈ, ਹਾਂ ਫੇਰ ਕਰਾਉਂਗੀ ਜਾਂ ਫੇਰ ਇਨਵੈਸਟੀਗੇਸ਼ਨ ਕਰਾ ਲੈਣ। ਬਿਲਕੁਲ ਬਿਲਕੁਲ ਜੀ, ਤੇ ਨਾਲ ਦੇ ਨਾਲ ਇੱਕ ਸਵਾਲ ਇਹ ਵੀ ਸੀਗਾ ਕਿ ਕਿਤੇ ਕਿਤੇ ਵੈਂਡੇਟਾ ਪੋਲਿਟਿਕਸ ਬਾਰੇ ਜਾਂ ਕੁਝ ਉਸ ਤਰੀਕੇ ਨਾਲ ਤਾਂ ਨਹੀਂ ਲੱਗਦਾ? ਅੱਜ ਇਹ ਗੱਲ ਕਹਾਂ ਜਚਦੀ ਨਹੀਂ, ਅਗਰ ਨਜਾਇਜ਼ ਕਰਨਗੇ ਦੇਖੀ ਜਾਊ। ਮਾਨਯੋਗ ਮੁੱਖ ਮੰਤਰੀ ਜੀ ਨੇ ਉਹਨਾਂ ਦੀ ਪਾਰਟੀ ਨੇ ਕਿਹਾ ਉਹ ਇਨਕੁਆਇਰੀ ਕਰਾ ਲੈਣ, ਪਰ ਲੱਗਦਾ ਤੁਹਾਨੂੰ ਪੁਰਾਣੀ ਜਿਹੜੀ ਇਨਵੈਸਟੀਗੇਸ਼ਨ ਤੇ ਉਹਦੇ 'ਚ ਕਲੀਨ ਚਿੱਟ ਮਿਲੀ ਸੀਗੀ ਤੁਹਾਨੂੰ, ਤਾਂ ਹੁਣ ਜਿਹੜੀ ਇਨਵੈਸਟੀਗੇਸ਼ਨ ਹੋਏਗੀ ਹੁਣ ਵੀ ਮਿਲੇਗੀ? ਦੋ ਵਾਰੀ ਕਲੀਨ ਚਿੱਟ ਹੈ ਜੀ, ਮੈਨੂੰ ਪੂਰਾ ਉਮੀਦ ਹੈ। ਪਾਪਾ ਜਦੋਂ ਜਿਸ ਰਸਤੇ ਗਏ ਹੀ ਨਹੀਂ, ਜਿਹੜੀ ਗੱਲ ਕੀਤੀ ਨਹੀਂ, ਮੈਨੂੰ ਪੂਰਾ ਮਾਣ ਹੈ ਅਸੀਂ ਫਿਰ ਪਾਕ ਔਰ ਸਾਫ਼ ਬਣ ਕੇ ਨਿਕਲਾਂਗੇ ਜੀ। ਜੀ ਧੰਨਵਾਦ ਜੀ, ਬਹੁਤ ਬਹੁਤ ਤੁਹਾਡਾ ਸਾਡੇ ਨਾਲ ਗੱਲ ਕਰਨ ਲਈ ਤੇ ਆਪਣੀ ਗੱਲ ਜਿਹੜੀ ਉਹ ਦੱਸਣ ਲਈ ਬਹੁਤ ਬਹੁਤ ਧੰਨਵਾਦ। ਠੀਕ। ਸੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਸਾਧੂ ਸਿੰਘ ਧਰਮਸੋਤ ਨੂੰ ਜੇਲ੍ਹ ਭੇਜਾਂਗੇ। ਤਮਾਮ ਸਵਾਲਾਂ ਦੇ ਜਵਾਬ ਦੇ ਰਹੇ ਸੀ। ਇਸੇ ਲੜੀ ਦੇ ਵਿੱਚ ਇੱਕ ਸਵਾਲ ਦੇ ਜਵਾਬ ਚ ਉਹਨਾਂ ਨੇ ਕਿਹਾ ਸਾਧੂ ਸਿੰਘ ਧਰਮਸੋਤ ਨੂੰ ਜੇਲ੍ਹ ਭੇਜਾਂਗੇ, ਤੇ ਉਸ ਤੋਂ ਬਾਅਦ ਸਾਧੂ ਸਿੰਘ ਧਰਮਸੋਤ ਨੇ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਨਾਲ ਗੱਲਬਾਤ ਕੀਤੀ। ਸਾਡੇ ਸਹਿਯੋਗੀ ਬਜ਼ਮ ਵਰਮਾ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ, ਜਿਸ ਗੱਲਬਾਤ ਦਾ ਇੱਕ ਅੰਸ਼ ਤੁਸੀਂ ਵੀ ਸੁਣਿਆ, ਤੇ ਉਹਨਾਂ ਨੇ ਸਾਫ਼ ਕਿਹਾ ਕਿ ਮੈਨੂੰ ਪੂਰੀ ਉਮੀਦ ਹੈ ਇਨਸਾਫ਼ ਹੋਏਗਾ, ਪਹਿਲਾਂ ਵੀ ਕਲੀਨ ਚਿੱਟ ਮਿਲੀ ਸੀ ਤੇ ਹੁਣ ਵੀ ਕਲੀਨ ਚਿੱਟ ਮਿਲੇਗੀ। ਉਹਨਾਂ ਨੇ ਕਿਹਾ ਜਦ ਮੈਂ ਕੁਝ ਕੀਤਾ ਹੀ ਨਹੀਂ ਤਾਂ ਮੈਨੂੰ ਬਿਲਕੁਲ ਡਰਨ ਦੀ ਜ਼ਰੂਰਤ ਨਹੀਂ ਹੈ। ਸੋ ਲਗਾਤਾਰ ਇਹਨਾਂ ਬਿਆਨਾਂ ਨੂੰ ਲੈ ਕੇ ਚਰਚਾਵਾਂ ਛਿੜ ਗਈਆਂ ਨੇ। ਆਮ ਆਦਮੀ ਪਾਰਟੀ ਤੋਂ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਮਲਵਿੰਦਰ ਕੰਗ ਜੀ ਜੁੜ ਚੁੱਕੇ ਨੇ। ਕੰਗ ਸਾਹਿਬ ਬਹੁਤ ਸਵਾਗਤ ਹੈ ਤੁਹਾਡਾ ਜੀ ਪੰਜਾਬ ਹਰਿਆਣਾ ਹਿਮਾਚਲ ਤੇ। ਧੰਨਵਾਦ ਜੀ, ਸ਼ੁਕਰੀਆ ਸ਼ੁਕਰੀਆ ਅੰਮ੍ਰਿਤਾ। ਕੰਗ ਸਾਹਿਬ ਕਿੱਦਾਂ ਵੇਖ ਰਹੇ ਹੋ ਇਹ ਤਮਾਮ ਚਰਚਾਵਾਂ ਜੋ ਚੱਲ ਰਹੀਆਂ ਨੇ, ਕਿਉਂਕਿ ਸਾਧੂ ਸਿੰਘ ਧਰਮਸੋਤ ਉਹਨਾਂ ਨੇ ਸਾਫ਼ ਕਿਹਾ ਕਿ ਮੈਨੂੰ ਪਹਿਲਾਂ ਜੇ ਕਲੀਨ ਚਿੱਟ ਮਿਲੀ ਸੀ ਉਹ ਵੀ ਜਾਂਚ ਤੋਂ ਬਾਅਦ ਮਿਲੀ ਸੀ ਤੇ ਐਤਕੀ ਵੀ ਜੇ ਜਾਂਚ ਹੁੰਦੀ ਹੈ ਤਾਂ ਕਲੀਨ ਚਿੱਟ ਮਿਲੇਗੀ, ਜਦ ਮੈਂ ਕੁਝ ਕੀਤਾ ਹੀ ਨਹੀਂ ਮੈਨੂੰ ਕਿਸੇ ਚੀਜ਼ ਦਾ ਡਰ ਨਹੀਂ? ਗੱਲ ਇਹ ਆ ਵੀ ਜੇ ਤੇ ਉਹਨਾਂ ਨੇ ਵਾਕਈ ਕੁਝ ਕੀਤਾ ਨਹੀਂ ਹੋਊਗਾ ਤੇ ਤਾਂ ਵੀ ਕਾਨੂੰਨ ਦੇਖੂਗਾ, ਜਸਟਿਸ ਸਿਸਟਮ ਦੇਖੂਗਾ। ਪਰ ਇਹ ਗੱਲ ਪੱਕੀ ਆ ਵੀ ਜਿਹੜੇ ਲੋਕਾਂ ਨੇ ਪਹਿਲਾਂ ਸੱਤਾ ਦੇ ਹੰਕਾਰ ਚ, ਸੱਤਾ ਦੇ ਗਰੂਰ ਚ ਪਿਛਲੇ ਸਾਲਾਂ ਚ ਜਿਸ ਤਰੀਕੇ ਨਾਲ ਮਿਸਰੂਲ ਕੀਤਾ ਜਾਂ ਗਰੀਬ ਬੱਚਿਆਂ ਦੀ ਸਕਾਲਰਸ਼ਿਪ ਲਈ ਕੋਈ ਪੈਸਾ ਆਇਆ ਉਹਦੇ ਵਿੱਚ ਕੋਈ ਕਰਪਸ਼ਨ ਕੀਤੀ ਆ, ਜਿਸ ਤਰੀਕੇ ਦੇ ਇਲਜ਼ਾਮ ਧਰਮਸੋਤ ਜੀ ਤੇ ਲੱਗਦੇ ਰਹੇ ਆ, ਜਾਂ ਕੋਈ ਹੋਰ ਸਕੈਂਡਲ ਕੀਤਾ ਹੈ, ਤੇ ਬਚਣਾ ਨਹੀਂ ਆ। ਕਿਉਂਕਿ ਮਾਨ ਸਾਹਿਬ ਦੀ ਸਰਕਾਰ ਨੇ ਦੋ ਪੱਕੇ ਏਜੰਡੇ, ਇੱਕ ਤੇ ਅਸੀਂ ਵੈਂਡੇਟਾ ਪੋਲੀਟਿਕਸ ਨਹੀਂ ਕਰਨੀ, ਲੇਕਿਨ
ਅਸੀਂ ਕਿਸੇ ਨੂੰ ਫੇਵਰ ਵੀ ਨਹੀਂ ਕਰਨਾ। ਹੁੰਦਾ ਕੀ ਹੈ, ਪੰਜਾਬ 'ਚ ਅਕਾਲੀ ਕਾਂਗਰਸੀਆਂ ਨੂੰ ਬਚਾ ਲੈਂਦੇ ਸੀ, ਕਾਂਗਰਸੀ ਅਕਾਲੀਆਂ ਨੂੰ ਬਚਾ ਲੈਂਦੇ ਸੀ। ਸੋ ਕਿਉਂਕਿ ਹਿੱਸੇਦਾਰੀ ਦਾ ਮਸਲਾ 25-75 ਵਾਲਾ ਮਸਲਾ ਸੀ, ਮਾਨ ਸਾਹਿਬ ਦੀ ਸਰਕਾਰ ਨੇ ਬਿਲਕੁਲ ਸਾਫ ਸੁਥਰਾ ਜਿਹੜਾ ਪ੍ਰਸ਼ਾਸਨ ਹੈ ਕਿਸੇ ਦਾ ਫੇਵਰ ਨਹੀਂ ਕਰਨਾ। ਹਾਂ, ਜਿਹੜਾ ਗੁਨਾਹਗਾਰ ਹੈ, ਜਿਹੜਾ ਗੁਨਾਹ ਕੀਤਾ ਉਹ ਬਚੂਗਾ ਵੀ ਨਹੀਂ, ਤੇ ਬਦਲੇ ਦੀ ਭਾਵਨਾ ਤੇ ਕਿਸੇ ਦੇ ਖਿਲਾਫ ਜਿਹੜਾ ਆ ਉਹ ਕੋਈ ਐਕਸ਼ਨ ਵੀ ਨਹੀਂ ਹੋਊਗਾ। ਲੇਕਿਨ ਇਹ ਲੋਕਾਂ ਨੇ ਬਹੁਤ ਸਾਰੇ ਜਿਹੜੇ ਆ ਸਕੈਂਡਲ ਸਕੈਮ ਕੀਤੇ ਆ, ਮੈਨੂੰ ਲੱਗਦਾ ਹੈ ਭਗਵੰਤ ਮਾਨ ਹੋਰਾਂ ਨੇ ਅੱਜ ਕਿਹਾ ਕਿ ਸਾਧੂ ਸਿੰਘ ਧਰਮਸੋਤ ਵੀ ਜੇਲ ਜਾਣਗੇ, ਉਹਨਾਂ ਨੂੰ ਜੇਲ ਭੇਜਾਂਗੇ। ਬਿਲਕੁਲ, ਅਗਰ ਕਾਨੂੰਨ ਦੇ ਮੁਤਾਬਕ ਕਿਸੇ ਨੇ ਗਲਤ ਕੀਤਾ ਗਿਆ ਤੇ ਮੁੱਖ ਮੰਤਰੀ ਦਾ ਵੀ ਭੇਜਣਾ ਚਾਹੀਦਾ। ਢਿੱਲੋਂ ਸਾਹਿਬ ਤੁਹਾਡੀ ਆਵਾਜ਼ ਨਹੀਂ ਆ ਰਹੀ। ਸ਼ਾਇਦ ਸਿਗਨਲ ਦੀ ਕੋਈ ਦਿੱਕਤ ਹੈ, ਆਵਾਜ਼ ਉਹਨਾਂ ਦੀ ਨਹੀਂ ਆ ਪਾ ਰਹੀ ਸਾਡੇ ਤੱਕ। ਮਾਲਵਿੰਦਰ ਕੰਗ ਜੀ ਸਾਡੇ ਨਾਲ ਬਣੇ ਹੋਏ ਨੇ। ਮਾਲਵਿੰਦਰ ਜੀ, ਕੀ ਲੱਗਦਾ ਹੈ ਕਿ ਪਹਿਲਾਂ ਕੋਈ ਜਸਟਿਸ ਨਹੀਂ ਹੋ ਸਕੀ ਕਿਉਂਕਿ ਸਰਕਾਰ ਨੇ ਤਾਂ ਉਹਨਾਂ ਨੂੰ ਕਲੀਨ ਚਿੱਟ ਦਿੱਤੀ ਸੀ? ਦੇਖੋ, ਗੱਲ ਇਹ ਆ, ਜਦੋਂ ਮੈਂ ਤਾਂ ਇੰਸੀਡੈਂਟ ਤੁਹਾਨੂੰ ਗੁਣਾਉਣਾ ਤੁਹਾਡੇ ਦਰਸ਼ਕਾਂ ਨੂੰ ਪਤਾ ਲੱਗੇ, ਜਦੋਂ ਅਸੀਂ ਸਾਡੇ ਇੰਚਾਰਜ ਰਾਘਵ ਚੱਡਾ ਜੀ ਨੇ ਚਮਕੌਰ ਸਾਹਿਬ ਰੇਤ ਮਾਫੀਆ ਰੰਗੇ ਹੱਥ ਫੜਿਆ ਸੀ, ਉਦੋਂ ਵੀ ਕਾਂਗਰਸੀਆਂ ਨੇ ਇਹੀ ਸਫਾਈ ਦਿੱਤੀ ਸੀ। ਔਰ ਉਸ ਤੋਂ ਥੋੜੇ ਦਿਨ ਬਾਅਦ ਹੀ ਚੰਨੀ ਸਾਹਿਬ ਦੇ ਖਾਸ ਜਿਹੜੇ ਹੰਨੀ ਹੈ ਉਹਨਾਂ ਦੇ ਕੋਲੋਂ ਮੰਨੀ ਫੜੀ ਗਈ, ਔਰ ਉਹੀ ਹੰਨੀ ਜਿਹੜਾ MLA ਦੇ ਸਪੀਕਰ ਔਰ ਚੰਨੀ ਸਾਹਿਬ ਦੀ ਸਿਕਿਉਰਿਟੀ ਲੈ ਕੇ ਸੱਤਾ ਦੇ ਗਲਿਆਰੇ 'ਚ ਘੁੰਮਦਾ ਸੀ। ਅੱਜ ਚੰਨੀ ਸਾਹਿਬ ਨੂੰ ਵੀ ਸਮਨ ਜਾਰੀ ਹੋ ਗਏ ਤੇ ਸੰਨੀ ਚੰਨੀ ਸਾਹਿਬ ਦੀ ਪੁੱਛਗਿੱਛ ਵੀ ਸ਼ੁਰੂ ਹੋ ਗਈ, ਹਾਲਾਂਕਿ ਕਾਂਗਰਸ ਉਦੋਂ ਵੀ ਇੱਥੇ ਸਫਾਈ ਦਿੰਦੀ ਰਹੀ ਆ। ਇਸੇ ਤਰੀਕੇ ਨਾਲ ਧਰਮਸੋਤ ਸਾਹਿਬ ਤੇ ਜਿਹੜਾ ਸਕਾਲਰਸ਼ਿਪ ਨੂੰ SC ਬੱਚੇ ਜਿਹੜੇ ਸਾਡੇ ਗਰੀਬ ਬੱਚੇ ਆ ਉਹਨਾਂ ਦੀ ਸਕਾਲਰਸ਼ਿਪ ਤੇ ਇਲਜ਼ਾਮ ਹੈ ਇਹਨਾਂ ਤੇ ਕਈ ਤਰ੍ਹਾਂ ਦੇ ਦੋਸ਼ ਹੈ, ਇਹਨਾਂ ਤੇ ਇਨਕੁਆਰੀਆਂ ਚੱਲਦੀਆਂ ਰਹੀਆਂ। ਸੋ ਅੱਜ ਕਾਂਗਰਸ ਕਲੀਨ ਚਿੱਟ ਆਪਣੇ ਆਪ ਦੇ ਲਏ ਆਪਣੇ ਬੰਦੇ ਨੂੰ, ਉਹ ਗੱਲ ਵੱਖਰੀ ਹੈ ਜਿਸ ਤਰੀਕੇ ਨਾਲ ਚੰਨੀ ਸਾਹਿਬ ਅੱਜ ਕਹਿ ਰਹੇ ਆ ਅਖੇ ਜੀ ਮੈਂ ਜਵਾਬ ਦੇ ਦਿੱਤੇ ਆ ਇਹਦੀ ਸੰਤੁਸ਼ਟ ਹੈ। ਇਹ ਨਹੀਂ ਹੋ ਸਕਦਾ, ਸਾਡੀ ਸਰਕਾਰ ਨੇ ਮੈਂ ਪਹਿਲਾਂ ਵੀ ਕਿਹਾ ਬਦਲੇ ਦੀ ਭਾਵਨਾ ਨਾਲ ਕੋਈ ਕੰਮ ਕਰਨਾ ਨਹੀਂ, ਲੇਕਿਨ ਫੇਵਰ ਵੀ ਕਿਸੇ ਨੂੰ ਨਹੀਂ ਹੋਊਗਾ। ਜਿਹੜੇ ਗੁਨਾਹਗਾਰ ਹੈ ਪੰਜਾਬ ਦੇ ਲੋਕਾਂ ਦੇ, ਚਾਹੇ ਉਹ ਮਾਈਨਿੰਗ ਮਾਫੀਆ ਚਾਹੇ ਐਕਸਾਈਜ਼ ਮਾਫੀਆ ਚਾਹੇ ਸਕਾਲਰਸ਼ਿਪ SC ਬੱਚਿਆਂ ਦੀ ਸਕਾਲਰਸ਼ਿਪ ਦਾ ਮਸਲਾ, ਉਹ ਜਿਹੜੇ ਆ ਉਹਨਾਂ ਨੂੰ ਸਜ਼ਾ ਜ਼ਰੂਰ ਮਿਲੂ। ਠੀਕ, ਬਿਲਕੁਲ ਸਹੀ ਗੱਲ ਹੈ, ਸਜ਼ਾਵਾਂ ਜੇ ਕਿਸੇ ਨੇ ਗਲਤ ਕੀਤਾ ਤਾਂ ਉਹਨੂੰ ਜ਼ਰੂਰ ਮਿਲਣੀਆਂ ਚਾਹੀਦੀਆਂ ਨੇ। ਕੰਗ ਸਾਹਿਬ ਬਹੁਤ ਸ਼ੁਕਰੀਆ, ਤੁਸੀਂ ਜੁੜੇ ਤੇ ਤੁਸੀਂ ਆਪਣੀ ਗੱਲ ਰੱਖੀ। ਇੱਕ ਵਾਰ ਫਿਰ ਤੋਂ ਤੁਹਾਨੂੰ ਉਹ ਬਿਆਨ ਸੁਣਾਉਂਦੇ ਹਾਂ ਜਿਨ੍ਹਾਂ ਕਰਕੇ ਚਰਚਾਵਾਂ ਸਰਗਰਮ ਨੇ, ਭਾਵੇਂ ਉਹ ਮੁੱਖ ਮੰਤਰੀ ਸਾਹਿਬ ਦੇ ਬਿਆਨ ਹੋਣ ਤੇ ਭਾਵੇਂ ਸਾਧੂ ਸਿੰਘ ਧਰਮਸੋਤ। ਸਾਧੂ ਸਿੰਘ ਧਰਮਸੋਤ ਹੋਰਾਂ ਨੂੰ ਹਾਈ ਕੋਰਟ ਜਾਂ ਸੈਸ਼ਨ ਕੋਰਟ 'ਚ ਇਹ ਅਰਜ਼ੀ ਪਾਉਂਦੇ ਦੇਖੋਗੇ ਕਿ ਜੀ ਮੈਨੂੰ VIP ਸੈੱਲ ਦਿੱਤਾ ਜਾਵੇ, ਮੈਨੂੰ ਨੋਰਮਲ 'ਚ ਕਿਉਂ ਕਰਦਾ? ਸਾਧੂ ਸਿੰਘ ਧਰਮਸੋਤ ਹੋਰਾਂ ਨੂੰ ਅਗਲੀ ਵਾਰੀ ਉਹ ਸਾਧੂ ਸਿੰਘ ਧਰਮਸੋਤ ਦੀ ਹੋਏਗੀ, ਉਹ ਜੇਲ੍ਹ ਜਾਣਗੇ, ਤੁਸੀਂ ਕੀ ਕਹਿਣਾ ਚਾਹੋਗੇ ਇਸ ਤੇ? ਦੇਖੋ, ਮਾਨਯੋਗ ਮੁੱਖ ਮੰਤਰੀ ਜੀ ਨੂੰ ਪੂਰੇ ਅਧਿਕਾਰ ਨੇ, ਪਹਿਲਾਂ ਚੀਫ ਮਿਨਿਸਟਰ ਨੇ, ਦੋ ਚੀਫ ਮਿਨਿਸਟਰਾਂ ਨੇ ਇਨਕੁਆਇਰੀ ਕੀਤੀ ਆ ਕਲੀਨ ਚਿੱਟ, ਠੀਕ ਹੈ? ਇਹ ਵੀ ਅਗਰ ਜੇ ਦੇਖੋ ਮੈਂ ਜੇ ਦੋਸ਼ੀ ਪਾਇਆ ਜਾਂਦਾ ਤਾਂ ਮੈਨੂੰ ਕੋਈ ਫਰਕ ਨਹੀਂ ਪੈਂਦਾ, ਕਾਰਵਾਈ ਕਰ ਲੈਣ। ਬਿਲਕੁਲ, ਪਰ ਜੇ ਪਹਿਲਾਂ ਤੁਹਾਨੂੰ ਲੱਗਦਾ ਕਲੀਨ ਚਿੱਟ ਦਿੱਤੀ ਗਈ ਹੈ, ਜਿਹੜੀ ਆਮ ਆਦਮੀ ਪਾਰਟੀ ਉਹ ਕਹਿ ਰਹੀ ਹੈ ਕਿ ਆਪਣੀ ਸਰਕਾਰ ਸੀਗੀ ਇਸ ਕਰਕੇ ਕਲੀਨ ਚਿੱਟ ਦੇ ਦਿੱਤੀ ਗਈ, ਅਸੀਂ ਹੁਣ ਜਿਹੜੇ ਉਹ ਨਿਰਪੱਖ ਤਰੀਕੇ ਨਾਲ ਜਿਹੜੀ ਉਹ ਇਨਵੈਸਟੀਗੇਟ ਕਰਾਵਾਂਗੇ। ਹਾਂ, ਕਰਵਾ ਦੇਣ, ਇਨਵੈਸਟੀਗੇਸ਼ਨ ਕਰਾ ਲੈਣ, ਉਹਨਾਂ ਨੂੰ ਹੱਕ ਹੈ ਪੂਰਾ ਕਰਾ ਲੈਣ। ਤੁਸੀਂ, ਤੁਹਾਨੂੰ ਲੱਗਦਾ ਕਿ ਜਿਹੜੀ ਇਨਵੈਸਟੀਗੇਸ਼ਨ ਹੁਣ ਹੋਏਗੀ ਉਹ ਫੇਰ ਹੋਏਗੀ ਕਿਤੇ ਨਾ ਕਿਤੇ? ਸਰਕਾਰਾਂ ਦਾ ਹੱਕ ਹੀ ਬਣਦਾ, ਫੇਰ ਹੁੰਦੀ ਹੈ, ਹਾਂ ਫੇਰ ਕਰਾਉਂਗੀ, ਫੇਰ ਇਨਵੈਸਟੀਗੇਸ਼ਨ ਕਰਾ ਲੈਣ। ਬਿਲਕੁਲ ਬਿਲਕੁਲ ਜੀ, ਤੇ ਨਾਲ ਦੇ ਨਾਲ ਇੱਕ ਸਵਾਲ ਇਹ ਵੀ ਸੀਗਾ ਕਿ ਕਿਤੇ ਨਾ ਕਿਤੇ ਵੈਂਡੇਟਾ ਪੋਲਿਟਿਕਸ ਬਾਰੇ ਜਾਂ ਕੁਝ ਉਸ ਤਰੀਕੇ ਨਾਲ ਤਾਂ ਨਹੀਂ ਲੱਗਦਾ? ਅੱਜ ਇਹ ਗੱਲ ਕਹਾਂ, ਜੱਚਦੀ ਨਹੀਂ, ਅਗਰ ਨਜਾਇਜ਼ ਕਰਨਗੇ ਦੇਖੀ ਜਾਊ। ਮਾਨਯੋਗ ਮੁੱਖ ਮੰਤਰੀ ਜੀ ਨੇ, ਉਹਨਾਂ ਦੀ ਪਾਰਟੀ ਨੇ ਕਿਹਾ ਉਹ ਇਨਕੁਆਇਰੀ ਕਰਾ ਲੈਣ, ਪਰ ਲੱਗਦਾ ਤੁਹਾਨੂੰ ਪੁਰਾਣੀ ਜਿਹੜੀ ਇਨਵੈਸਟੀਗੇਸ਼ਨ ਸੀ ਉਹਦੇ ਵਿੱਚ ਕਲੀਨ ਚਿੱਟ ਮਿਲੀ ਸੀਗੀ ਤੁਹਾਨੂੰ, ਤੇ ਹੁਣ ਜਿਹੜੀ ਇਨਵੈਸਟੀਗੇਸ਼ਨ ਹੋਈ ਹੁਣ ਵੀ ਮਿਲੇਗੀ? ਦੋ ਵਾਰੀ ਕਲੀਨ ਚਿੱਟ ਹੈ ਜੀ, ਮੈਨੂੰ ਪੂਰਾ ਉਮੀਦ ਹੈ। ਪਾਪਾ ਜਦੋਂ ਜਿਸ ਰਸਤੇ ਗਏ ਹੀ ਨਹੀਂ,
ਜਿਹੜੀ ਗੱਲ ਕੀਤੀ ਨਹੀਂ, ਮੈਨੂੰ ਪੂਰਾ ਮਾਣ ਹੈ ਅਸੀਂ ਪਾਕ ਔਰ ਸਾਫ਼ ਬਣ ਕੇ ਨਿਕਲਾਂਗੇ। ਜੀ ਜੀ ਧੰਨਵਾਦ ਜੀ, ਬਹੁਤ ਬਹੁਤ ਤੁਹਾਡਾ ਸਾਡੇ ਨਾਲ ਗੱਲ ਕਰਨ ਲਈ ਤੇ ਆਪਣੀ ਗੱਲ ਜਿਹੜੀ ਉਹ ਦੱਸਣ ਲਈ ਬਹੁਤ ਬਹੁਤ ਧੰਨਵਾਦ। ਠੀਕ, ਤੇ ਇਸੇ ਮਾਮਲੇ ਤੇ ਸ਼੍ਰੋਮਣੀ ਅਕਾਲੀ ਦਲ ਦਾ ਕੀ ਕਹਿਣਾ ਉਹ ਵੀ ਸੁਣ ਲੈਂਦੇ ਹਾਂ। ਵੇਖੋ, ਜਿਹਨੇ ਕੋਈ ਗ੍ਰਾਹ ਕੀਤਾ, ਕੋਈ ਠੱਗੀ ਮਾਰੀ ਹੈ ਲੋਕਾਂ ਨਾਲ, ਚਾਹੇ ਕੋਈ ਹੈ, ਚਾਹੇ ਕੋਈ ਵੱਡਾ ਹੈ, ਕੋਈ ਚਾਹੇ ਛੋਟਾ ਹੈ, ਜਿਹਨੇ ਕੋਈ ਸਰਕਾਰ ਦੇ ਵਿੱਚ ਰਹਿੰਦੇ ਆ ਠੱਗੀ ਮਾਰੀ ਹੈ, ਗੁਨਾਹ ਕੀਤਾ, ਖਾਸ ਕਰਕੇ ਜਿਹੜਾ ਸਕਾਲਰਸ਼ਿਪ ਹੈ ਜਿਹਦਾ ਬਹੁਤ ਰੌਲਾ ਪਿਆ ਸੀ, ਗਰੀਬ ਲੋਕਾਂ ਦਾ ਬੱਚਿਆਂ ਦਾ ਪੈਸਾ ਖਾਧਾ ਗਿਆ, ਮੈਂ ਕਹਿੰਦਾ ਬਿਲਕੁਲ ਉਹਨਾਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨੀ ਚਾਹੀਦੀ ਭਾਵੇਂ ਕੋਈ ਹੋਵੇ।